अस्सलाम वालेकुम। पंजाबी CSS PMS लेक्चर नंबर 5 पार्ट 3 असीं हीर ते वारिस शाह नूं पढ़ रहे हां। मैं तुहानूं दस दित्ती सी सारी बैकग्राउंड उहनां दा तसव्वुफ ते हीर वारिस शाह दा वेरवा सारा मैं तुहानूं दस दित्ता सी। फिर समाजी सियासी ते मजहबी रंग ढंग भी दस दित्ता सी। हुण असीं गल करांगे कैरेक्टर दे बारे च। थोड़ा जिहा अगर कोई सवाल इस तरह आ जांदा है कि ਉਹਨਾਂ ਦੇ ਮੰਜ਼ਰ ਨਿਗਾਰੀ ਜਾਂ ਕਿਰਦਾਰ ਨਿਗਾਰੀ ਬਾਰੇ ਗੱਲ ਕਰੋ ਤੇ ਡੈਫੀਨੇਟਲੀ ਜੇ ਮੇਜਰ ਕਿਰਦਾਰ ਨੇ ਰਾਂਝਾ ਹੋ ਗਿਆ, ਹੀਰ ਹੋ ਗਿਆ, ਕੈਦੂ ਹੋ ਗਿਆ ਜਿਹੜਾ ਉਹਦਾ ਚਾਚਾ ਸੀ, ਜਿਹਨੇ ਜਿਹੜਾ ਇੱਕ ਕਾਇੰਡ ਆਫ ਸਪਾਈ ਸੀ, ਮੌਜੂ ਸੀ ਜਿਹੜਾ ਰਾਂਝੇ ਦਾ ਵਾਲਿਦ ਸੀ, ਭਾਬੀਆਂ ਥੋੜ੍ਹਾ ਜਿਹਾ ਭਾਬੀਆਂ ਦਾ ਗੱਲ ਆ ਜਾਏਗਾ, ਸਹਿਤੀ ਭਾਬੀਆਂ ਵਿੱਚ ਆ ਜਾਂਦਾ, ਖੇੜਾ ਜਿਹੜਾ ਉਹਦਾ ਸ਼ੋਹਰ ਸੀ, ਇਸ ਤਰ੍ਹਾਂ ਦੇ ਪੰਜ ਸੱਤ ਤੁਸਾਂ ਡਿਫਾਈਨ ਕਰਦੇ ਨੇ ਤੇ ਉਹਨਾਂ ਦਾ ਕੈਰੈਕਟਰ ਕੀ ਸੀ, ਉਹਨਾਂ ਦੀ ਉੱਥੇ ਕੀ ਕੰਮ ਸੀ, ਕਿਸ ਤਰ੍ਹਾਂ ਦੀ ਉਹਦੀ ਕੈਰੈਕਟਰ ਬਿਲਡਿੰਗ ਕਰਨੀ ਹੈ ਤੇ ਹੀਰ ਉੱਤੇ ਉਹਦਾ ਜਾਂ ਰਾਂਝੇ ਉਹਦੇ ਉੱਤੇ ਉਹਦਾ ਕੀ ਇਨਫਲੂਐਂਸ ਸੀ। ਠੀਕ ਹੈ, ਤੇ ਥੋੜ੍ਹਾ ਜਿਹਾ ਕਿਰਦਾਰ ਨਿਗਾਰੀ ਜਦੋਂ ਅਸੀਂ ਗੱਲ ਕਰਾਂਗੇ ਤੇ ਥੋੜ੍ਹਾ ਜਿਹਾ ਇਨੀਸ਼ੀਅਲੀ ਵਾਰਿਸ ਸ਼ਾਹ ਦੀ ਥੋੜ੍ਹੀ ਜਿਹੀ ਉਹਨਾਂ ਦੀ ਲਿਖਤ ਨੂੰ ਵੀ ਬਿਆਨ ਕਰਾਂਗੇ। ਵਾਰਿਸ ਸ਼ਾਹ ਦੇ ਵੇਖਣ ਦਾ ਅੰਦਾਜ਼ ਸਭ ਤੋਂ ਨਿਰਾਲਾ ਹੈ ਤੇ ਅਨੋਖਾ ਸੀ। ਉਹਨਾਂ ਨੇ ਇਸ ਮੁਸ਼ਾਹਿਦੇ ਨੂੰ ਬਿਆਨ ਕਰਨ ਲਈ ਆਪਣੇ ਇਲਮ ਤੋਂ ਭਰਵਾਂ ਫਾਇਦਾ ਉਠਾਇਆ। ਸਬਬ ਤੇ ਮੁਸੱਬਬ ਦੇ ਰਿਸ਼ਤੇ ਨੂੰ ਅਖੀਰ ਤਾਈਂ ਕਾਇਮ ਰੱਖ ਕੇ ਮੰਜ਼ਰਕਸ਼ੀ ਤੇ ਮੁਸੱਵਰੀ ਨੂੰ ਇਹੋ ਜਿਹੇ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਕਿ ਇਹ ਇੱਕ ਲਾਜ਼ਵਾਲ ਦਾਸਤਾਨ ਬਣ ਗਈ ਹੈ। ਤੇ ਇਸ ਕਿੱਸੇ ਦੇ ਨਾਲ ਨਾਲ ਹੀਰ ਤੇ ਇੱਕ ਪਾਸੇ ਵਾਰਿਸ ਸ਼ਾਹ ਵੀ ਅਮਰ ਹੋ ਗਿਆ ਹੈ। ਤੇ ਇਸ ਕਹਾਣੀ ਦੇ ਮਰਕਜ਼ੀ ਕਿਰਦਾਰ ਨੇ ਰਾਂਝਾ। ਹੁਣ ਰਾਂਝੇ ਬਾਰੇ ਅਗਰ ਕੋਈ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ ਹੈ ਕਿ ਕਿਉਂਕਿ ਰਾਂਝਾ ਇੱਕ ਲੀਡਿੰਗ ਕੈਰੈਕਟਰ ਸੀ, ਹੀਰ ਇੱਕ ਲੀਡਿੰਗ ਕੈਰੈਕਟਰ ਸੀ, ਤੇ ਇਹਨਾਂ ਦੋਵਾਂ ਬਾਰੇ 'ਚ ਕੋਈ ਹੋ ਸਕਦਾ ਹੈ ਤੁਹਾਡੇ ਕੋਲੋਂ ਅਲੱਗ ਇੱਕ ਵੱਖ ਕੁਐਸਚਨ ਪੁੱਛ ਲੈਣ, ਹੀਰ ਰਾਂਝੇ ਦਾ ਓਵਰਆਲ ਇੱਕ ਕੁਐਸਚਨ ਪੁੱਛ ਲੈਣ ਕਿ ਰਾਂਝਾ ਇੱਕ ਟ੍ਰੈਜਿਕ ਹੀਰੋ ਸੀ ਜਾਂ ਉਹ ਵਿਗੜਾ ਜਾਤਕ ਸੀ, ਤੇ ਰਾਂਝੇ ਦਾ ਹਾਲ ਸਰਾਪਾ ਥੋੜ੍ਹਾ ਜਿਹਾ ਬਿਆਨ ਅਸੀਂ ਕਰ ਲਿਆ। ਰਾਂਝੇ ਦਾ ਅਸਲ ਨਾਂ ਦੇਦੂ ਤੇ ਉਹਦੀ ਜ਼ਾਤ ਰਾਂਝਾ ਸੀ। ਠੀਕ ਹੈ, ਵਤਨ ਉਹਦਾ ਕਿਹੜਾ ਸੀ? ਤਖਤ ਹਜ਼ਾਰਾ ਸੀ ਤੇ ਉਹ ਸੱਤਾਂ ਭਰਾਵਾਂ ਤੋਂ ਨਿੱਕਾ ਮੌਜੂ ਚੌਧਰੀ ਦਾ ਲਾਡਲਾ ਪੁੱਤਰ ਸੀ। ਠੀਕ ਹੈ, ਸੱਤ ਉਹਦੇ ਭਰਾ ਸਨ ਤੇ ਉਹ ਸਭ ਤੋਂ ਛੋਟਾ ਸੀ। ਦੁੱਧ ਮੱਖਣਾ ਦਾ ਪੱਲਿਆ ਹਿੰਮਤ ਵਾਲਾ, ਕੜੀਅਲ ਗੱਭਰੂ, ਕੁਵਾਰਾ, ਚਿੱਟਾ ਅਨਪੜ੍ਹ, ਪੀਰਾਂ ਦਾ ਆਸ਼ਿਕ ਤੇ ਚਹੀਤਾ ਬਾਲਕ ਸੀ। ਠੀਕ ਹੈ, ਵੰਜਲੀ ਵਜਾਵਣ ਦਾ ਮਾਹਿਰ ਤੇ ਸ਼ੌਕੀਨ ਸੀ। ਇਹ ਉਹਦੀਆਂ ਥੋੜ੍ਹੀ ਜਿਹੀਆਂ ਕੈਰੈਕਟਰਿਸਟਿਕਸ ਦੱਸ ਰਹੇ। ਠੀਕ ਹੈ, ਉਹ ਕੀ ਸੀ ਜੀ? ਉਹਦਾ ਨਾਂ ਦੇਦੂ ਸੀ, ਉਹਦੀ ਜ਼ਾਤ ਰਾਂਝਾ ਸੀ। ਠੀਕ ਹੈ, ਤਖਤ ਹਜ਼ਾਰੇ ਦਾ ਉਹ ਰਹਿਣ ਵਾਲਾ ਸੀ, ਪਿਓ ਦਾ ਨਾਂ ਉਹਦੇ ਮੌਜੂ ਸੀ, ਸਭ ਤੋਂ ਨਿੱਕਾ ਸੀ, ਸੱਤਾਂ ਭਰਾਵਾਂ ਦਾ ਨਿੱਕਾ ਸੀ ਤੇ ਪਿਓ ਦਾ ਬੜਾ ਲਾਡਲਾ ਸੀ। ਦੁੱਧ ਮੱਖਣਾ ਵਾਲਾ ਉਹਦਾ ਖਾਣ ਪੀਣ ਵਾਲਾ ਸੀ, ਹਿੰਮਤ ਵਾਲਾ ਸੀ, ਕੜੀਅਲ ਸੀ, ਗੱਭਰੂ ਜਵਾਨ ਸੀ, ਕੁਵਾਰਾ ਸੀ ਤੇ ਅਨਪੜ੍ਹ ਸੀ, ਕੋਈ ਪੜ੍ਹਿਆ ਲਿਖਿਆ ਤੇ ਸਿਆ ਨਹੀਂ, ਪੀਰਾਂ ਦਾ ਆਸ਼ਿਕ ਸੀ। ਠੀਕ ਹੈ, ਪੀਰ ਪੀਰੀ ਫਕੀਰੀ ਦਾ ਆਸ਼ਿਕ ਸੀ ਤੇ ਉਹਨੂੰ ਸ਼ੌਕ ਕਿਹੜੇ ਸਨ? ਵੰਜਲੀ ਵਜਾਉਣ ਦਾ ਸ਼ੌਕ ਸੀ। ਠੀਕ ਹੈ, ਇਸ ਫਨ ਵਿੱਚ ਬਲਾ ਦੀ ਸਹਿਰਕਾਰੀ ਤੇ ਤਾਸੀਰ ਪਾਰੂ ਉਸਨੇ ਭਾਬੀਆਂ, ਲੋਕਾਂ, ਲੱਡਣ ਦੀਆਂ ਰੰਨਾਂ, ਹੀਰ ਵਰਗੀਆਂ ਮੁਟਿਆਰਾਂ ਤੇ ਉੱਡ ਮੱਝਾਂ ਗਾਵਾਂ ਨੂੰ ਵੀ ਆਪਣਾ ਬਣਾ ਲਿਆ ਸੀ। ਇਸ ਵੰਜਲੀ ਵਜਾਉਣ ਦੇ ਸ਼ੌਕ ਪਾਰੂ ਉਹਨੇ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਠੀਕ ਹੈ, ਇਹ ਉਹਦਾ ਹੋ ਗਿਆ ਹਾਲ ਸਰਾਪਾ। ਹੁਣ ਅੱਗੇ ਆ ਜਾਂਦੇ ਉਹਦੇ ਇਬਤਦਾਈ ਹਾਲਾਤ ਕਿਹੋ ਜਿਹੇ ਸਨ। ਹੀਰ ਦੀ ਕਹਾਣੀ ਦਾ ਆਗਾਜ਼ ਤੇ ਅੰਜਾਮ ਐਸੇ ਕਿਰਦਾਰ ਨਾਲ ਹੁੰਦਾ ਹੈ ਤੇ ਇਸ ਕਹਾਣੀ ਵਿੱਚ ਇਸ ਨੂੰ ਮਰਕਜ਼ੀ ਹੈਸੀਅਤ ਹਾਸਲ ਹੈ। ਪਿਓ ਜਿਉਂਦਾ ਸੀ, ਇਹ ਭਾਈਆਂ ਤੇ ਭਾਬੀਆਂ ਨੂੰ ਪੱਲੇ ਨਹੀਂ ਬੰਦਾ ਸੀ। ਠੀਕ ਹੈ, ਲਾਈਕ ਫੈਮਿਲੀ ਓਰੀਐਂਟਡ ਤੇ ਉਹ ਸੀ, ਬਟ ਭਾਬੀਆਂ ਨਾਲ ਇਹਦੀ ਨਹੀਂ ਲੱਗਦੀ ਨਹੀਂ ਸੀ। ਠੀਕ ਹੈ, ਗੋਰ ਦਾਤੇ ਨਾਲੇ ਵੇਲੀਆਂ ਖਾਂਦਾ ਸੀ, ਪੜ੍ਹਿਆ ਲਿਖਿਆ ਹੈ ਨਹੀਂ ਸੀ, ਕੰਮ ਕਾਜ ਕਰਦਾ ਨਹੀਂ ਸੀ ਤੇ ਡੈਫੀਨੇਟਲੀ ਭਾਬੀਆਂ ਨਾਲ ਉਹਨੇ ਕਿਉਂ ਲੱਗਣੀ? ਮੋਜਾ ਬਹਾਰਾ ਕਰਦਾ, ਚੜ੍ਹਦੀ ਜਵਾਨੀ ਦਾ ਨਸ਼ਾ, ਠੀਕ ਹੈ, ਸੋਨੇ ਨੱਕ ਦਾ ਗਰੂਰ, ਪੱਬਾਂ ਭਾਰ ਟੁਰਦਾ ਤੇ ਮੋਹਣੀਆਂ ਤੂੰ ਥੱਕਦਾ ਸੀ। ਲਾਈਕ ਉਹੀ ਸਾਰੀ ਕਿੱਸੇ ਕਹਾਣੀ ਕਿ ਉਹ ਇੱਥੇ ਉਹਦਾ ਦੱਸਿਆ ਗਿਆ ਕਿ ਉਹ ਬੜਾ ਬੜਾ ਵਿਗੜਿਆ ਹੋਇਆ ਮੁੰਡਾ ਸੀ।
ਬਾਪ ਮਰਿਆ ਤੇ ਉਹ ਭਰਾਵਾਂ ਨੇ ਅੱਖਾਂ ਫੇਰ ਲਈਆਂ, ਠੀਕ ਹੈ। ਉਹ ਕਿਉਂਕਿ ਬਾਪ ਦਾ ਸਿਰ ਲਾਡਲਾ ਸੀ ਨਾ, ਤੇ ਜਦੋਂ ਬਾਪ ਮਰ ਗਿਆ ਤੇ ਭਾਬੀਆਂ ਤੇ ਭਰਾਵਾਂ ਤੇ ਅੱਖਾਂ ਫੇਰ ਲਈਆਂ, ਤੇ ਉਹਨਾਂ ਜੋਤਰ ਲਾਉਣ ਲਈ ਆਖਿਆ ਤੇ ਰਾਂਝੇ ਹੋਰੀ ਵੈਰ ਖਲੋਤੇ। ਟੂ ਕੱਟ ਦ ਲੌਂਗ ਸਟੋਰੀ ਸ਼ਾਰਟ, ਗੱਲ ਸਾਰੀ ਇਹ ਜੀ, ਇਨੀਸ਼ਲੀ ਉਹਦਾ ਟਾਈਮ ਬੜਾ ਚੰਗਾ ਸੀ ਜਦੋਂ ਤੱਕ ਉਹਦਾ ਉਹਦਾ ਪਿਓ ਜਿਉਂਦਾ ਸੀ। ਜਦੋਂ ਉਹਦੇ ਪਿਓ ਦੀ ਵਫਾਤ ਹੋਈ, ਉਹਦੇ ਬਾਅਦ ਭਰਾਵਾਂ ਨੇ ਅੱਖਾਂ ਮੀਟ ਲਈਆਂ, ਉਹਨਾਂ ਨੇ ਅੱਖਾਂ ਬਦਲ ਲਈਆਂ, ਮੱਥੇ 'ਤੇ ਅੱਖਾਂ ਰੱਖ ਲਈਆਂ, ਅਤੇ ਉਹਦਾ ਲਿਵਿੰਗ ਭਰਾਵਾਂ ਅਤੇ ਭਰਜਾਈਆਂ ਨਾਲ ਬੜਾ ਔਖਾ ਹੋ ਗਿਆ। ਉਹਨਾਂ ਦੀ ਜਿਹੜੀ ਜ਼ਮੀਨ ਸੀ ਉਹ ਅੱਡ ਵੱਡ ਹੋ ਗਈ, ਉਹ ਪ੍ਰੋਬਲਮ ਉਹਨੂੰ ਹੋਇਆ, ਅਤੇ ਉਹ ਆਪਣੀ ਲਾਈਫ, ਕਿਉਂਕਿ ਉਹਨਾਂ ਨੇ ਉਹ ਕੰਮ ਕਾਜ ਤਾਂ ਕਰਦਾ ਨਹੀਂ ਸੀ, ਵੰਜਲੀ ਵਜਾਉਣ ਦਾ ਉਹਨੂੰ ਸਿਰਫ ਸ਼ੌਕ ਸੀ, ਠੀਕ ਹੈ। ਤੇ ਇਸ ਵੇਲੇ ਇਸ ਵਾਸਤੇ ਉਹਦੀ ਭਰਜਾਈਆਂ ਨੇ ਕਿਹਾ, ਤੂੰ ਕੰਮ ਕਾਜ ਤਾਂ ਕਰਦਾ ਨਹੀਂ, ਤੈਨੂੰ ਕਿਸ ਹੀਰ ਤੈਨੂੰ ਕਿਸਨੇ ਕਿਸ ਆਪਣੀ ਕੁੜੀ ਦੇਣੀ ਹੈ, ਤੇ ਜਾ ਤੂੰ ਹੀਰ ਜੈਣਾ ਹੀਰ ਵਿਆਹ ਲਿਆ, ਠੀਕ ਹੈ, ਹੀਰ ਸਿਆਲ ਵਿਆਹ ਲਿਆ। ਇਹ ਉਹਦੇ ਮਾਈਂਡ ਵਿੱਚ ਬੜੀ ਗੱਲ ਬੈਠੀ ਹੋਈ ਕਿ ਹੀਰ ਸਿਆਲ ਪਤਾ ਨਹੀਂ ਕਿਹੜੀ ਕੋਈ ਸ਼ਹਿਜ਼ਾਦੀ ਹੋਏਗੀ ਜਾਂ ਕੀ ਹੋਏਗਾ। ਤੇ ਜਦੋਂ ਉਹਦੀਆਂ ਭਰਜਾਈਆਂ ਨੇ ਇਹ ਗੱਲ ਕੀਤੀ ਤੇ ਉਹ ਐਸੀ ਲੇਨ ਇਸ ਨਾਲ ਟੁਰ ਪਿਆ, ਠੀਕ ਹੈ। ਮੁੱਕਦੀ ਗੱਲ ਹੈ ਜੀ ਇਹਦੀ ਕਿ ਉਹਨਾਂ ਉਸਦੀ ਹਾਲਾਤ ਕੀ ਸਨ। ਰਾਂਝੇ ਹੁਣ ਵੇਖੋ, ਇਨੀਸ਼ਲੀ ਉਹ ਰਾਂਝਾ ਜਿਹੜਾ ਸੀ ਕਿਸੇ ਕੰਮ ਜੋਗਾ ਨਹੀਂ ਸੀ, ਬਟ ਵਾਰਿਸ ਸ਼ਾਹ ਦੀ ਸਟੋਰੀ ਨੇ ਉਹਨੂੰ ਹੀਰੋ ਬਣਾ ਛੱਡਿਆ, ਠੀਕ ਹੈ। ਕਿਵੇਂ ਹੀਰੋ ਬਣਾ ਛੱਡਿਆ ਕਿ ਜੀ ਉਹ ਆਪਣੇ ਅਮਲ ਤੇ ਇਲਮ ਦੇ ਤਜਰਬੇ ਦਾ ਹੱਦੋਂ ਹੱਦ ਸਰਮਾਇਆ ਹੈ, ਠੀਕ ਹੈ। ਉਹ ਆਪਣੇ ਅਮਲ ਤੇ ਖਾਲੀ ਖਾਨੇ ਨੂੰ ਹੁਸ਼ਿਆਰੀ, ਚਲਾਕੀ, ਜ਼ਹਾਨਤ ਤੇ ਚਲੱਤਰਬਾਜ਼ੀ ਨਾਲ ਭਰਨ ਦੀ ਸਹੀ ਕਰਦਾ ਹੈ। ਅਕਸਰ ਇੰਝ ਜਾਪਦਾ ਹੈ ਜੇ ਉਹਦੀ ਕੋਸ਼ਿਸ਼ ਸਿਰੇ ਚੜ੍ਹ ਗਈ, ਪਰ ਅਖੀਰ ਅਸੀਂ ਉਹਨੂੰ ਹੱਥ ਮਲਦਾ ਹੀ ਵੇਖਿਆ ਹੈ, ਠੀਕ ਹੈ। ਇਨੀਸ਼ਲੀ ਤਾਂ ਇਹੋ ਜਿਹੀ ਨਾ ਕਿ ਉਹਨੇ ਹੀਰ ਪਾ ਲਈ, ਬਟ ਕੀ ਹੋਇਆ ਕਿ ਉਹਨੇ ਜ਼ਹਿਰ ਖੱਪ ਲਿਆ ਤੇ ਹੋ ਗਿਆ ਕੰਮ, ਠੀਕ ਹੈ। ਅਬ ਰਾਂਝੇ ਦੀਆਂ ਔਕੜਾਂ ਕੀ ਸਨ? ਰਾਂਝੇ ਨੂੰ ਡੈਫੀਨੇਟਲੀ ਬੜੀ ਮੁਸ਼ਕਲਾਂ ਦਾ ਸਾਹਮਣਾ ਹੈ ਜਦੋਂ ਉਹਦਾ ਪਿਓ ਗਿਆ, ਤੇ ਉਸ ਤੋਂ ਬਾਅਦ ਤੇ ਉਹਦੀ ਜ਼ਿੰਦਗੀ ਵਿਚਾਰੇ ਦੀ ਬੜੀ ਮੁਸ਼ਕਲ ਹੋ ਗਈ ਸੀ। ਭਰਾਵਾਂ ਕੱਢ ਦਿੱਤਾ, ਔਰ ਦਰ ਦਰ ਦੀ ਠੋਕਰਾਂ ਖਾ ਰਿਹਾ ਸੀ। ਉਹਦੇ ਕੋਲ ਤਾਂ ਨਾ ਕੰਮ ਕਾਜ ਸੀ, ਨਾ ਜ਼ਰਾ ਰਹਿਣ ਦੀ ਕੋਈ ਜਗ੍ਹਾ ਸੀ। ਫਿਰ ਰਾਂਝੇ ਦੇ ਬਾਪ ਕੋਲ ਰਿਸਕ ਦੀ ਫਰਵਾਨੀ ਸੀ ਤੇ ਉਹਦੇ 7 ਜਵਾਨ ਪੁੱਤਰ ਰੱਜ ਕੇ ਕਮਾਈਆਂ ਕਰਦੇ ਸਨ। ਰਾਂਝਾ 8ਵਾਂ ਸੀ ਤੇ ਉਹਨੂੰ ਤੇ ਕੋਈ ਮਸਲਾ ਹੀ ਨਹੀਂ ਹੈ। ਰੱਜ ਸੋਹਣਾ, ਲਾਡਲਾ ਤੇ ਵਿਹਲਾ ਸੀ। ਉਸ ਨੂੰ ਉਹਦੇ ਹੁਸਨ ਨੇ ਨਰਗਿਸੀਅਤ, ਦਾਖਲੀਅਤ ਪਸੰਦੀ ਤੇ ਅਨਾ ਪ੍ਰਸਤੀ ਵਿੱਚ ਪੱਕਾ ਕਰ ਦਿੱਤਾ ਸੀ, ਠੀਕ ਹੈ। ਬਾਪ ਦੀ ਵਫਾਤ ਤੇ ਆਉਣ ਵਾਲੀਆਂ ਹਾਦਸਿਆਂ ਨੇ ਉਸ ਨੂੰ ਹੰਕਾਰ ਦੇ ਚੁਬਾਰੇ ਤੋਂ ਸ਼ਿਕਸਤ ਖੁਰਦਗੀ ਦੀ ਮੋਰੀ ਵਿੱਚ ਲਿਆ ਸਟਿਆ। ਔਖੀਆਂ ਮੁਸੀਬਤਾਂ ਨੇ ਉਸ ਨੂੰ ਹਯਾਤੀ ਨਾਲ ਨਾਰਾਜ਼ ਕਰ ਦਿੱਤਾ। ਉਹਦਾ ਇਹੋ ਜਿਹੀ ਸਾਰੀ ਉਮਰ ਉਹਦੇ ਨਾਲ ਚਮੜਿਆ ਰਿਹਾ ਤੇ ਹਰ ਥਾਂ ਹਰ ਮੌਕੇ ਤੇ ਇਹਦਾ ਇਜ਼ਹਾਰ ਹੁੰਦਾ ਹੈ। ਤੇ ਇੰਜ ਜਾਪਦਾ ਹੈ ਜੇ ਰਾਂਝੇ ਦੀ ਨਾਰਾਜ਼ਗੀ ਤੇ ਹਾਰ ਦੋਵੇਂ ਹੱਥ ਵਿੱਚ ਹੱਥ ਪਾ ਕੇ ਟੁਰਦੀਆਂ ਨੇ, ਠੀਕ ਹੈ। ਉਹਨੂੰ ਬੜੀ ਮੁਸ਼ਕਲਾਂ, ਹੀਰ ਨੂੰ ਪਾਉਣ ਲਈ ਤੱਕ ਵੀ ਉਹਦੀ ਲਾਈਫ ਵਿੱਚ ਸਿਰਫ ਮੁਸ਼ਕਲਾਂ ਰਹੀਆਂ ਨੇ, ਠੀਕ ਹੈ। ਰਾਂਝੇ ਦੀਆਂ ਮੁਸੀਬਤਾਂ ਕਿਹੜੀਆਂ ਸਨ? ਭਰਾਵਾਂ ਤੇ ਭਾਬੀਆਂ ਬੇਇਨਸਾਫੀ ਤੇ ਲੱਕ ਬਣ ਲਿਆ ਸੀ, ਤੇ ਰਾਂਝੇ ਦਾ ਫਰਜ਼ ਸੀ ਜੇ ਉਹ ਮਰਦਾਂ ਵਾਂਗ ਡਟ ਜਾਂਦਾ, ਪਰ ਪਤਾ ਹੈ ਲੱਗਦਾ ਹੈ ਕਿ ਉਹ ਆਪਣੇ ਲਈ ਮਸਲਾ ਪੈਦਾ ਕਰਦਾ ਹੈ, ਠੀਕ ਹੈ। ਉਹਨੇ ਆਪਣੀ ਆਪ ਮੁਸ਼ਕਲਾਂ ਚੁਣੀਆਂ ਨੇ, ਹਰ ਕਿਸੇ ਨਾਲ ਲੜਨਾ ਝਗੜਨਾ, ਥਾਂ ਥਾਂ ਤੇ ਮੱਥਾ ਲਾਉਂਦਾ, ਬੇੜੀ ਵਿੱਚ ਬਹਿ ਕੇ ਮੁਲਾ ਨਾਲ ਆਡਾ ਲਾ ਲੈਂਦਾ। ਹਰ ਵੇਲੇ ਉਹਨੇ ਅੱਡ ਸਿਆਪਾ ਪਾਇਆ ਹੋਇਆ। ਰਾਤ ਕੱਟਣ ਲਈ ਮਸੀਤ ਦੇ ਮੁਲਾ ਨਾਲ ਝਗੜਦਾ ਹੈ, ਤੇ ਤੁਸੀਂ ਵੇਖੋ ਹਰ ਜਗ੍ਹਾ ਉਹਦਾ ਝਗੜਾ ਹੈ, ਹਰ ਵੇਲੇ ਹਰ ਜਗ੍ਹਾ, ਠੀਕ ਹੈ। ਤੇ ਰੰਗਪੂਰ ਖੇੜੀਆਂ ਦੀ ਜੋ ਵਿੱਚ ਇਆਲੀ ਨਾਲ ਮੱਥਾ ਲਾਉਂਦਾ ਹੈ, ਹੀਰ ਦੇ ਪਿੰਡ ਦੀ ਕੁੜੀਆਂ ਨਾਲ ਨਾ ਕ੍ਰਿਕਤਾਂ ਕਰਦਾ ਹੈ, ਤੇ ਵੱਡ ਵਡੇਰਿਆਂ ਨੂੰ ਟੋਕਾ ਮਾਰਦਾ ਹੈ, ਠੀਕ ਹੈ। ਸੇਤੀ ਨਾਲ ਸੋਕਣਾ ਵਾਂਗ ਵੜਦਾ ਹੈ, ਤੇ ਇਹਨਾਂ ਗੱਲਾਂ ਤੋਂ ਇੰਝ ਜਾਪਦਾ ਹੈ ਜਿਵੇਂ ਰਾਂਝਾ ਬਸ ਲੜਾਈ ਝਗੜੇ ਲਈ ਮੌਕਾ ਭਾਲਦਾ ਫਿਰਦਾ ਹੈ। ਇਹੋ ਜੀ ਸਾਰੀ ਸੀ ਉਹਦੀ ਲਾਈਫ ਵਿੱਚ ਸਿਰਫ ਮੁਸੀਬਤਾਂ, ਤੇ ਸਿਰਫ ਉਹਦੀਆਂ ਆਪਣੀਆਂ ਸੈਲਫ ਕ੍ਰੀਏਟਡ ਮੁਸੀਬਤਾਂ ਸਨ, ਠੀਕ ਹੈ। ਰਾਂਝੇ ਦੀ ਹਾਰ ਦਾ ਇਜ਼ਹਾਰ, ਠੀਕ ਹੈ, ਰਾਂਝੇ ਦੀ ਸ਼ਿਕਸਤ ਖੁਰਦਗੀ ਦਾ ਇਜ਼ਹਾਰ ਵੀ ਇੰਝ ਆਉਂਦਾ ਹੈ ਜਿੱਥੇ ਅੱਗਾਂ
ਵਧ ਕੇ ਅਮਲ ਦਾ ਵੇਲਾ ਆਉਂਦਾ ਹੈ ਉੱਥੇ ਉਹ ਕਿੱਸੇ ਸੁਣਾਉਂਦਾ ਹੈ, ਫਲਸਫੇ ਛੋਂਦਾ ਹੈ, ਮੁਸੀਬਤਾਂ ਬਿਆਨ ਕਰਦਾ ਹੈ ਤੇ ਅਖੀਰ ਇੱਕ ਪਾਸੇ ਖਲੋ ਜਾਂਦਾ ਹੈ। ਉਹਦੇ ਵਿੱਚ ਹਿੱਕ ਦੀ ਜ਼ੋਰ ਤੇ ਆਪਣਾ ਹੱਕ ਮਨਵਾਉਣ ਤੇ ਵਿਗੜੀਆਂ ਮਾਮਲਿਆਂ ਨੂੰ ਠੀਕ ਕਰਨ ਦਾ ਹੌਸਲਾ ਹੀ ਨਹੀਂ ਹੈ। ਉਹਦੀ ਜ਼ਹਾਨਤ ਤੇ ਹੁਸ਼ਿਆਰੀ ਇਹ ਹੈ ਕਿ ਆਪਣੀ ਜ਼ਿੰਮੇਵਾਰੀ ਦੂਜਿਆਂ ਤੇ ਸੁੱਟ ਕੇ ਆਪ ਵੱਡਾ ਬਣ ਕੇ ਆਪਣੇ ਨਾਮ ਲਾਣਾ ਚਾਹੁੰਦਾ ਹੈ। ਉਹ ਸਾਰਾ ਕ੍ਰੈਡਿਟ ਗੇਨ ਕਰਨਾ ਚਾਹੁੰਦਾ ਹੈ, ਬਟ ਬਹੁਤ ਸਾਰੀ ਮੁਸ਼ਕਿਲਾਂ, ਬਹੁਤ ਸਾਰੇ ਐਸੇ ਕੇਸਿਸ ਸਨ ਜਿਹਨੂੰ ਉਹ ਹੈਂਡਲ ਕਰ ਸਕਦਾ ਸੀ, ਬਟ ਐਕਚੁਅਲੀ ਉਹਨੇ ਹੈਂਡਲ ਨਹੀਂ ਕੀਤਾ। ਮੰਨ ਲਿਆ ਜੇ ਭਰਾਵਾਂ ਭਾਬੀਆਂ ਤਾਨੇ ਮਾਰੇ ਹੋਣ, ਉਹਨਾਂ ਅਖੀਰ ਮਿੰਨਤਾਂ ਵੀ ਕੀਤੀਆਂ ਨਾ, ਘੱਟੋ ਘੱਟ ਘੱਟ ਵੀ ਨਹੀਂ, ਬਸ ਆਜ਼ਾਦ ਮਿਸ਼ਨ ਸੀ। ਹੀਰ ਵਿਆਹ ਵੇਲੇ ਉਹਦੇ ਕੋਲ ਆ ਜਾਂਦੀ ਹੈ ਤੇ ਸਾਰੇ ਹਾਲ ਅਹਿਵਾਲ ਸੁਣਾਉਂਦੀ ਹੈ ਤੇ ਨਸ ਜਾਂਦੀ ਨਸ ਨਸ ਜਾਣ ਦਾ ਕਹਿੰਦੀ ਹੈ। ਠੀਕ ਹੈ, ਹੀਰ ਉਹਦੇ ਕੋਲ ਆਉਂਦੀ ਹੈ, ਉਹਨੂੰ ਸਭ ਕੁਝ ਦੱਸਦੀ ਹੈ ਤੇ ਉਹ ਕਹਿੰਦੀ ਹੈ ਕਿ ਚੱਲ ਆ ਜਾ ਨਸ ਜਾਈਏ। ਪੱਕਿਆ ਫਲ ਝੋਲੀ ਡਿੱਗਣ ਲਈ ਤਿਆਰ ਹੈ, ਪਰ ਰਾਂਝੇ ਦੀ ਚੰਗੀ ਸੋਚ ਉਹਨੂੰ ਬੇਅਮਲ ਕਰ ਦਿੰਦੀ ਹੈ ਤੇ ਉਹ ਕਹਿੰਦਾ ਹੈ, ਹੀਰੇ ਇਸ਼ਕ ਨਾ ਮੋਲ ਸਵਾਦ ਦਿੰਦਾ, ਇਸ਼ਕ ਨਾ ਮੋਲ ਸਵਾਦ ਦਿੰਦਾ ਨਾਲ ਚੋਰੀਆਂ ਉੱਤੇ ਉਧਾਲੀਆਂ ਦੇ, ਹਯਾਤੀ ਤੂੰ ਹਾਰ ਮੰਨਣ ਦਾ ਹੀ ਰੱਦ ਅਮਲ ਹੈ। ਉਹਨੇ ਵੇਖੋ ਜਿਹੜਾ ਰਾਂਝਾ ਉਹਨੂੰ ਵਾਪਸ ਨਾ ਭੇਜਦਾ ਕਿ ਪ੍ਰੋਪਰ ਸਾਦੀ ਬਰਾਤ ਵਾਲਾ ਕਿੱਸਾ ਹੋਵੇ, ਉੱਥੇ ਨਿਕਾਹ ਕਰ ਲੈਣਾ ਤੇ ਹੀਰੋ ਦੀ ਹੋ ਜਾਂਦੀ। ਉਹਨੇ ਭੇਜ ਦਿੱਤਾ ਭਰਾਵਾਂ, ਆਪੇ ਉਹ ਟੁਰ ਗਿਆ ਭਰਾਵਾਂ ਕੋਲ, ਉਹਨੇ ਉਹਨੂੰ ਹੀਰ ਨੂੰ ਭੇਜ ਦਿੱਤਾ ਉਹਦੇ ਮਾਂ ਪਿਓ ਕੋਲ, ਤੇ ਡੈਫੀਨੇਟਲੀ ਉਹਨਾਂ ਨੇ ਉੱਥੇ ਉਹਨੂੰ ਜ਼ਹਿਰ ਦਿੱਤਾ, ਉਹ ਮਰ ਗਈ। ਇਹ ਸਟੋਰੀ ਦਾ ਐਂਡ ਹੋਇਆ ਨਾ। ਅਗਰ ਉਸ ਵੇਲੇ ਉਹ ਡਟ ਜਾਂਦਾ ਕਿ ਮੈਂ ਇੱਥੇ ਸ਼ਾਦੀ ਕਰਨੀ ਹੈ, ਆਪਣੀ ਮੁਸ਼ਕਿਲਾਂ ਦਾ ਹੱਲ ਢੂੰਡ ਸਕਦਾ ਸੀ, ਪਰ ਉਹਨੇ ਨਹੀਂ ਕੀਤਾ ਤੇ ਇੱਥੇ ਉਹਦੀ ਹਾਰ ਹੋਈ ਹੈ। ਇੱਥੇ ਉਹਨੇ ਕੀ ਕੀਤਾ ਜੀ, ਹਯਾਤੀ ਤੂੰ ਹਾਰ ਮੰਨਣ ਦਾ ਹੀ ਰੱਦ ਅਮਲ ਹੈ ਜੇ ਰਾਂਝੇ ਨੂੰ ਚੰਗਿਆਈ ਦੀ ਥਾਂ ਤੇ ਜ਼ਹਿਰ ਦੇ ਤੀਰ ਮਿਲਦੇ ਨੇ, ਆਪਣੇ ਪਰਾਏ ਹੱਤਾ ਕਿ ਹੀਰ ਵੀ ਜ਼ਹਿਰ ਵਿੱਚ ਭੁੱਜੇ ਤੀਰ ਖਾਣ ਤੇ ਮਜਬੂਰ ਹੈ। ਜੋ ਕੁਛ ਹੀਰ ਨਾਲ ਹੈ ਉਹਨੂੰ ਮਾਲੂਮ ਹੈ, ਉਹਨੇ ਸਹੁਰਿਓਂ ਸੁਨੇਹਾ ਗਲਿਆ ਹੈ ਜੇ ਜੋਗੀ ਦੇ ਰੂਪ ਵਿੱਚ ਦਰਸ਼ਨ ਕਰਦੇ। ਉਹਨੂੰ ਹੀਰ ਦੀ ਮਰਦਾਨਗੀ ਯਾਰੀ ਵੀ ਮਾਲੂਮ ਹੈ, ਪਰ ਫਿਰ ਵੀ ਸਾੜ ਕੱਢ ਨੂੰ ਬਾਜ਼ ਨਹੀਂ ਆਉਂਦਾ ਹੈ। ਇਹ ਉਹਦੀ ਸੈਲਫ ਕ੍ਰੀਏਟਿਡ ਸਾਰਾ ਪ੍ਰੋਬਲਮ ਸੀ। ਹੁਣ ਕੀ ਜੇ ਉਹ ਪੱਕਾ ਦਰਵੇਸ਼ ਤੇ ਆਲਮ ਫਾਜ਼ਿਲ ਸੀ, ਉਹ ਕਿਵੇਂ ਸੀ? ਇੱਕ ਪੱਕਾ ਦਰਵੇਸ਼ ਦਾ ਇਸ ਕਹਾਣੀ ਵਿੱਚ, ਇਸ ਸ਼ਾਇਰੀ ਵਿੱਚ ਉਹਨੂੰ ਪੱਕਾ ਦਰਵੇਸ਼ ਜਾਪਿਆ ਜਾਂਦਾ ਹੈ। ਕਿਵੇਂ? ਭਾਵੇਂ ਉਸ ਬੁੱਢ ਹੱਡਨ ਸੋਰੀ ਹੱਡਬਨ ਕੇ ਦੌਰਾ ਨਹੀਂ ਕੀਤਾ, ਮੀਨਸ ਉਹਨੇ ਇੱਕ ਕਹਿੰਦੇ ਨਾ ਹੱਡਬਨ ਕੇ ਦੋ ਨਹੀਂ ਕੀਤਾ, ਮਤਲਬ ਉਹਨੇ ਕੱਖ ਵੀ ਨਹੀਂ ਕੀਤਾ, ਕੋਈ ਹੈ ਨਾ ਇੱਕ ਕੰਮ ਵੀ ਕਰ ਉਹ ਵੀ ਨਹੀਂ ਕੀਤਾ। ਹਰ ਉਸ ਇਲਮ ਦਾ ਆਲਿਮ ਤੇ ਜਾਣੂ ਹੈ ਜਿਹੜਾ ਉਸ ਸਮੇਂ ਸੀ, ਉਹ ਤਸੱਵਫ ਜੋਗ ਹਕੀਮ ਵੇਦ ਫਕੀਰ ਤਾਰੀਖ ਜਗਰਾਫੀਆ ਮੰਤਕ ਫਿਕ ਹਦੀਸ ਤੇ ਕੁਰਾਨ ਦੇ ਇਲਮ ਤੋਂ ਜਾਣਿਆ ਜਾਂਦਾ ਹੈ। ਠੀਕ ਹੈ, ਆਪਣੇ ਸਮਾਜ ਦੇ ਸਾਰੇ ਤਬਕੇ ਤੇ ਹਰ ਤਬਕੇ ਦਾ ਜ਼ਿਕਰ ਰਸਮਾਂ ਤੇ ਰਿਵਾਜਾਂ ਖੇਡਾਂ ਤੇ ਤਮਾਸ਼ੇ ਮੇਲੇ ਠੇਲੇ ਤੇ ਤੁਰੰਜਨ, ਬਲਕਿ ਹਰ ਗੱਲ ਉਸ ਕੋਲੋਂ ਮਿਲਦੀ ਹੈ। ਕਦੇ ਪਰਿਆ ਵਿੱਚ ਸੋਹਣਾ ਵਕੀਲ, ਕਦੇ ਤੀਰ ਨਜ਼ਰ ਨਾਲ ਹੁਸਨ ਜ਼ਹੂਰ ਨਾਲ ਪੇਚਾ। ਠੀਕ ਹੈ, ਸਾਰੀਆਂ ਗੱਲਾਂ ਉਹਨੂੰ ਦੱਸਦੀਆਂ ਜੀ। ਪੰਜਾਬ ਦੀ ਪੂਰੀ ਜ਼ਿੰਦਗੀ ਧੜਕਦੀ ਹੈ ਇਸ ਕਹਾਣੀ ਵਿੱਚ, ਰਾਂਝੇ ਦੇ ਕਿਰਦਾਰ ਵਿੱਚ। ਠੀਕ ਹੈ, ਉਹਦੀ ਜਾਦੂਈ ਸ਼ਖਸੀਅਤ ਵੀ ਸੀ ਕਿ ਉਹ ਸੋਹਣਾ ਵੀ ਬੜਾ ਸੀ, ਉਹ ਇੱਕ ਅੱਲੜ ਕੀ ਕਹਿੰਦੇ ਗੱਭਰੂ ਜਵਾਨ ਵੀ ਸੀ, ਤੇ ਡੈਫੀਨੇਟਲੀ ਉਹਦੀ ਇੱਕ ਜਾਦੂਈ ਸ਼ਖਸੀਅਤ ਸੀ। ਉਹਨੇ ਆਪਣੀ ਇਸੇ ਸ਼ਖਸੀਅਤ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਠੀਕ ਹੈ, ਇੱਕ ਤੇ ਉਹਨੂੰ ਵੰਜਲੀ ਵੀ ਵਜਾਣੀ ਆਉਂਦੀ ਸੀ, ਉਹਦੀ ਉਹਦੀ ਸਿਹਰ ਵੀ ਸੀ, ਤੇ ਉਹਦੀ ਆਪਣੀ ਸ਼ਖਸੀਅਤ ਵਿੱਚ ਵੀ ਬੜੀ ਗੱਲ ਸੀ ਕਿ ਉਹਦੀਆਂ ਹੀਰ ਦੀਆਂ ਸਹੇਲੀਆਂ ਭਾਬੀਆਂ ਭਰਾਵਾਂ ਨੂੰ ਹਰ ਇੱਕ ਨੂੰ ਉਹਨੇ ਆਪਣਾ ਦੀਵਾਨਾ ਕਰ ਲਿਆ ਸੀ। ਮੁੱਕਦੀ ਗੱਲ ਕੀ ਹੈ ਜੀ, ਸਾਰੀ ਇਸ ਗੱਲ ਦਾ ਸਿੱਟਾ ਹੈ ਜੀ ਕਿ ਰਾਂਝਾ ਵਿਗੜਿਆ ਜਾਤਕ ਸੀ, ਕਿਉਂਕਿ ਉਹ ਕੰਮ ਕਾਜ ਨਹੀਂ ਕਰਦਾ ਸੀ, ਉਹਨੂੰ ਆਪਣੇ ਹੁਸਨ ਦਾ ਬੜਾ ਨਾਸ ਸੀ, ਔਰ ਆਪਣੀ ਜਾਦੂਈ ਸ਼ਖਸੀਅਤ ਨਾਲ ਤੇ ਉਹਨੂੰ ਵੰਜਲੀ ਵਜਾਉਣ ਦੇ ਸ਼ੌਕ ਨਾਲ ਉਹਨੇ ਸਭ ਨੂੰ ਗਰਵੀਦਾ ਕਰ ਲਿਆ ਸੀ ਆਪਣਾ, ਤੇ ਨਾਲੇ ਨਾਲੇ ਉਹ ਇੱਕ ਟ੍ਰੈਜਿਕ ਹੀਰੋ ਵੀ ਸੀ, ਕਿਉਂਕਿ ਸਾਰੇ ਮਹਾਜ਼ਾਂ ਉੱਤੇ ਉਹਨੇ ਬੜੀ ਉਹ ਕੀ ਕਹਿੰਦੇ ਨਾ ਬਹਾਦਰੀ ਨਾਲ ਹਰ
वारो वारी उन्हें हर महाज हर मरहले ते उन्हें फतह हासिल कीती है, पर अखीर ले उन्हें अपनी हयाती दी जिंदगी दी जंग हार छोड़ी। लेकिन उन्हें अपनी जिंदगी दी जंग हार छोड़ी पर उन्हें इश्क दी जित बाजी जीत ली। किवें? कि उन्हें हीर नू अपना बना लिया सी। ठीक है, उन्हां दी शादी नहीं हुई सी, बट हीर उहदे नाल रहन लई मन गई सी। ते उन्हें अगर हीर नाल जिंदगी नहीं गुजारी, पर उन्हें हीर दे नाल अपनी मौत नू कबूल कीता। ते इस तरह वो बड़ी ट्रैजिक स्टोरी लगती, क्योंकि जदों उन्हों सारिया औकड़ा उन्हें दूर हो रही सन, हर मंजिल तो उन्होंने फतह हो रही सी, ते इस दा नतीजा निकलता है कि फाइनली भी वो दी फतह होएगी। बट उत्थे की होया, उत्थे बिल्कुल उलट काम हो गया कि जो उसकी जान की बाजी उन्हें ले ली, उसकी जान जंग की हार दी जिंदगी थी। तो यह जी सारा सी रांझे दा। ठीक है, तो बाकी जो है वो मैं तुहानू फिर नैक्सट वीडियो दसूंगी। ओके जी, अल्लाह हाफिज़।